ਹੁਸ਼ਿਆਰਪੁਰ ਵਿਖੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ 64ਵੇਂ ਪ੍ਰੀ ਨਿਰਮਾਣ ਦਿਵਸ ਤੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਉਮੀਦ ਜਤਾਈ ਕਿ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਨਾਲ ਹੋ ਰਹੀਆਂ ਬੈਠਕਾਂ ਦੇ ਵਿੱਚ ਜਲਦ ਹੀ ਸੁਖਦ ਹੱਲ ਨਿਕਲ ਆਵੇਗਾ। ਐਸਾ ਕਿ ਇਸ ਵੇਲੇ ਦੋਨੋਂ ਪਕਸ਼ ਟੇਬਲ ਦੇ ਉੱਤੇ ਗੱਲਬਾਤ ਕਰ ਰਹੇ ਨੇ ਔਰ ਸੁਖਦ ਵਾਤਾਵਰਣ 'ਚ ਉਹਨਾਂ ਦਾ ਪੰਜ ਦੌਰ ਦੀ ਬੈਠਕ ਜਿਹੜੀ ਹੈ ਉਹ ਸਮਾਪਤ ਹੋਈ ਹੈ ਕੱਲ੍ਹ ਔਰ ਇੱਕ ਵਾਰੀ ਉਹ ਦੁਬਾਰਾ ਬੈਠ ਰਹੇ ਨੇ। ਮੈਨੂੰ ਲੱਗਦਾ ਕਿ ਚਲਦੀ ਵਾਰਤਾ ਦੇ ਅੰਦਰ ਇਹਦੇ 'ਤੇ ਕੋਈ ਟਿੱਪਣੀ ਜਿਹੜਾ ਉਹ ਨਹੀਂ ਕਰਨੀ ਬਣਦੀ ਔਰ ਅਸੀਂ ਸਭ ਇਹ ਉਮੀਦ ਲਗਾ ਕੇ ਬੈਠੇ ਹਾਂ ਕਿ ਕੇਂਦਰ ਦੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਹਿੱਤ 'ਚ ਨਿਰਣੇ ਲਏ ਨੇ ਔਰ ਵਾਰਤਾ ਦੇ ਮਾਧਿਅਮ ਦੇ ਨਾਲ ਕਿਸਾਨਾਂ ਦਾ ਜਿਹੜੇ ਸ਼ੰਕੇ ਨੇ ਉਹ ਵੀ ਦੂਰ ਹੋਣਗੇ ਔਰ ਕੇਂਦਰ ਔਰ ਕਿਸਾਨ ਜਥੇਬੰਦੀਆਂ ਬੈਠ ਕੇ ਇਹਦਾ ਸੁਖਦ ਹੱਲ ਜਿਹੜਾ ਉਹ ਕੱਢਣਗੀਆਂ। ਇਹੀ ਕਿਸਾਨਾਂ ਦੇ ਹਿੱਤ 'ਚ ਹੈ, ਇਹੀ ਪੰਜਾਬ ਦੇ ਹਿੱਤ 'ਚ ਹੈ, ਇਹੀ ਪੰਜਾਬੀਆਂ ਦੇ ਹਿੱਤ 'ਚ ਹੈ। ਕਿਸਾਨਾਂ ਵੱਲੋਂ 8 ਦਸੰਬਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਕਿਸਾਨਾਂ ਨਾਲ ਕੇਂਦਰੀ ਮੰਤਰੀ ਗੱਲ ਕਰ ਰਹੇ ਨੇ ਉੱਥੇ ਦੂਜੇ ਪਾਸੇ ਇਸ ਤਰ੍ਹਾਂ ਬੰਦ ਦਾ ਸੱਦਾ ਦੇਣਾ ਗਲਤ ਹੈ। ਐਸਾ ਲੋਕਤਾਂਤਰਿਕ ਅਧਿਕਾਰ ਹੈ ਉਹਨਾਂ ਦਾ, ਉਹਦੇ ਅੰਦਰ ਤਾਂ ਨਹੀਂ ਅਸੀਂ ਕਹਿ ਸਕਦੇ, ਲੇਕਿਨ ਅਪੀਲ ਕਰ ਸਕਦੇ ਹਾਂ ਕਿ ਜਦੋਂ ਤੁਹਾਡਾ ਵਾਰਤਾ ਚੱਲ ਰਹੀ ਹੈ, ਜਦੋਂ ਤੁਹਾਡਾ ਟੇਬਲ ਟਾਕ ਹੋ ਰਹੀ ਹੈ, ਕੇਂਦਰ ਸਰਕਾਰ ਦੇ 3-3 ਮੰਤਰੀ ਤੁਹਾਡੇ ਨਾਲ ਬੈਠ ਰਹੇ ਨੇ, ਚਲਦੀ ਵਾਰਤਾ ਦੇ ਅੰਦਰ ਐਜੀਟੇਸ਼ਨ ਕੇਵਲ ਪ੍ਰਤੀਕ ਮਾਤਰ ਰਹਿਣੀ ਚਾਹੀਦੀ ਹੈ, ਨਾ ਕਿ ਉਹਦਾ ਸਵਰੂਪ ਅਲੱਗ ਅਲੱਗ ਤਰ੍ਹਾਂ ਨਾਲ ਬਦਲਿਆ ਜਾਏ। ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਕੈਪਟਨ ਸਰਕਾਰ ਦੀਆਂ ਚਾਲਾਂ ਨੂੰ ਸਮਝ ਚੁੱਕੇ ਨੇ। ਆਪਣੇ ਫੇਲੂਅਰ ਨੂੰ ਸੁਪਾਉਣ ਦੇ ਲਈ ਅਮਰਿੰਦਰ ਦੀ ਸਰਕਾਰ, ਉਹਨਾਂ ਦੇ ਮੰਤਰੀ, ਉਹਨਾਂ ਦੇ ਵਿਧਾਇਕ ਔਰ ਉਹਨਾਂ ਦਾ ਜਿਹੜਾ ਵਤੀਰਾ ਹੈ ਇਹਨਾਂ ਸਾਰੀਆਂ ਅੰਦੋਲਨ ਨੂੰ ਲੈ ਕੇ, ਉਹਦੇ 'ਤੇ ਪੰਜਾਬ ਵੀ ਦੇਖ ਰਿਹਾ, ਪੰਜਾਬੀ ਵੀ ਦੇਖ ਰਿਹਾ ਔਰ ਸਭ ਨੂੰ ਪਤਾ ਕਿ ਸਰਕਾਰ ਦੀ ਭੂਮਿਕਾ ਜਿਹੜੀ ਹੈ ਉਹ ਸੰਦਿਗਧ ਹੀ ਨਹੀਂ, ਸਰਕਾਰ ਪੂਰੀ ਤਰ੍ਹਾਂ ਨਾਲ ਇਹਦੇ 'ਚ ਇਨਵਾਲਵ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ 64ਵੇਂ ਪ੍ਰੀ ਨਿਰਮਾਣ ਦਿਵਸ ਦੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਸੀ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।